जान मेरा पुत्र, जा चला जा मेरा बच्चा। हिम्मत कर, बस थोड़ी दूर आगे जाना चाहिए। मैं नहीं बचना मेरा बच्चा, जा चला जा। ਜਦੋਂ ਤੁਹਾਡੇ ਲੋਕਾਂ ਦੀ ਤਿਆਰੀ ਨਹੀਂ ਸੀ ਤੇ ਕੀ ਲੋੜ ਸੀ ਸ਼ਾਦੀ ਦੇ ਦਿਨ ਇੰਨੀ ਛੇਤੀ ਰੱਖਣ ਦੀ? ਮੈਂ ਤੇ ਕਹਿੰਨੀ ਆ ਦਿਨ ਅੱਗੇ ਵਧਾ ਦਿਓ ਤਾਂ ਕਿ ਮੁੜ ਕੇ ਜਦੋਂ ਆਓ ਤੇ ਪੂਰੀ ਤਿਆਰੀ ਨਾਲ ਆਓ। ਨਾ ਜੀ ਨਾ, ਸਾਰੀ ਤਿਆਰੀ ਮੁਕੰਮਲ ਹੈ, ਸ਼ਾਦੀ ਦੀ ਤਰੀਕ ਅੱਗੇ ਨਹੀਂ ਹੋਣੀ। ਤੇ ਸਾਨੂੰ ਕਦੋਂ ਇਨਕਾਰ ਹੈ? ਪਰ ਤੁਸੀਂ ਸਾਡੀ ਵੀ ਤੇ ਮਜਬੂਰੀਆਂ ਕੁਝ ਸਮਝੋ ਨਾ। ਐਡੀ ਵੱਡੀ ਬਰਾਦਰੀ ਹੈ, ਉੱਤੋਂ 800 ਬੰਦਿਆਂ ਦੀ ਰੋਟੀ ਦਾ ਵੀ ਤਾਂ ਬੰਦੋਬਸਤ ਕਰਨਾ ਹੈ। ਨਾ ਜੀ ਭੈਣ, ਇਹ ਤੇ ਬੜੀ ਫਜ਼ੂਲ ਖਰਚੀ ਹੈ। ਅਸੀਂ ਤੇ 300 ਬੰਦੇ ਤੋਂ ਜ਼ਿਆਦਾ ਖਾਣੇ ਦਾ ਇੰਤਜ਼ਾਮ ਕਰ ਹੀ ਨਹੀਂ ਸਕਦੇ। ਗੱਲਾਂ ਤੇ ਤੁਸੀਂ ਬਹੁਤ ਵੱਡੀਆਂ ਵੱਡੀਆਂ ਕਰਦੇ ਸੀ। ਅਸੀਂ ਸੋਚਿਆ ਸੀ ਮਲਿਕ ਅਮੀਰ ਮੁਹੰਮਦ ਦੇ ਪੁੱਤਰ ਨੂੰ ਰਿਸ਼ਤਾ ਦੇ ਰਹੇ ਹਾਂ, ਸਾਡੀ ਧੀ ਨੂੰ ਸੋਨੇ ਚ ਤੋਲ ਕੇ ਲੈ ਜਾਓਗੇ ਸੋਨੇ ਚ, ਪਰ ਤੁਸੀਂ ਤੁਸੀਂ ਤੇ 800 ਬੰਦਿਆਂ ਨੂੰ ਰੋਟੀ ਨਹੀਂ ਖਵਾ ਸਕਦੇ। ਮਲਕ ਸਾਹਿਬ, ਹਮ ਰਾਜਪੂਤ ਲੋਕ ਹੈ, ਹਮਾਰੀ ਤੋ ਬਸ ਇੱਕ ਹੀ ਗੱਲ ਹੁੰਦੀ ਹੈ, ਇੱਕ ਖਾਣਾ ਤੋ ਆਪਕੋ 800 ਬੰਦੇ ਕੋ ਖਵਾਨਾ ਹੀ ਪੜੇਗਾ। ਗੱਲ ਇਹ ਹੈਗੀ ਵੇ ਭਾਈ ਸਾਹਿਬ ਕਿ ਅਸੀਂ ਵੀ ਮਲਕ ਹਾਂ, ਸਾਡੀ ਵੀ ਕੋਈ ਸ਼ਾਨ ਹੈ ਕੀ ਆ। ਅਜ਼ਮਤ ਜੀ, ਇਹਨਾਂ ਨੂੰ ਦੱਸ ਦਿਓ 800 ਨਹੀਂ ਭਾਵੇਂ 1000 ਬੰਦੇ ਲੈ ਕੇ ਆਉਣ, ਪਰ
ਕੰਮੀ ਕਮੀਨੇ ਨਾਲ ਨਾ ਲਾ। ਹਲੇ ਵੀ ਦੱਸਦੇ ਉਹਨਾਂ ਨੂੰ ਕਿ ਸ਼ਾਦੀ ਅਗਲੇ ਜੁਮੇ ਦੇ ਰੋਜ਼ ਹੀ ਹੋਣੀ ਆ, ਤਿਆਰੀ ਕਰਨ। ਅਸੀਂ ਵੀ ਤਿਆਰੀ ਕਰਨੀ ਆ। ਭਾਈ ਜੀ, ਤੁਸੀਂ ਤੇ ਐਵੇਂ ਹੀ ਨਾਰਾਜ਼ ਹੋ ਗਏ ਹੋ। ਮੇਰੇ ਭਾਈਆਂ ਬਜਾਓ, ਤੁਸੀਂ ਮੇਰੇ ਬਰਾਦਰੀ ਵਾਲੇ ਤੇ ਰਿਸ਼ਤੇਦਾਰਾਂ ਤੋਂ ਵਾਕਿਫ ਨਹੀਂ ਹੋ। ਮੈਂ ਵਾਕਿਫ ਹੋਣਾ ਵੀ ਨਹੀਂ ਚਾਹੁੰਦਾ ਉਹਨਾਂ। ਭਾਈ ਤੇ ਅਜ਼ਮਤ ਦੀ ਖਾਹਿਸ਼ ਤੇ ਜ਼ਿੱਦ ਸੀ ਕਿ ਤੁਹਾਡੀ ਬੇਟੀ ਦੇ ਨਾਲ ਸ਼ਾਦੀ ਹੋ ਰਹੀ ਹੈ। ਸਾਨੂੰ ਕੀ, ਭਾਪੇ ਭੁਗਤੇਗਾ ਸਸੁਰਾਲ ਵਾਲਿਆਂ। ਇਹ ਸ਼ਾਦੀ ਹੋ ਗਈ ਔਰ ਜ਼ਰੂਰ ਹੋਵੇਗੀ। ਮਲਕ ਕਮੀਰ ਮੁਹੰਮਦ ਦਾ ਵਾਅਦਾ ਹੈ। ਆਪ ਇਹ ਦੇਖ ਰਹੇ ਤਾਏ ਜੀ, ਮੈਂ ਔਰ ਕਿਆ ਸਬਰ ਕਰੂੰ। ਮੇਰਾ ਘਰ ਤਬਾਹ ਹੋ ਗਿਆ। ਮੈਂ ਦੇਖ ਰਹਾ ਹੂੰ ਮੇਰੀ ਬੱਚੀ, ਸਭ ਕੁਛ ਦੇਖ ਰਹਾ ਹੂੰ ਮੈਂ। ਮੈਂ ਅਭੀ ਬਾਤ ਕਰਤਾ ਹੂੰ ਉਸਸੇ। ਨਹੀਂ ਤਾਏ ਜੀ, ਇਸ ਵਕਤ ਨਹੀਂ। ਇਸ ਵਕਤ ਮੈਂ ਆਪਣੇ ਹਾਲ ਮੈਂ ਨਹੀਂ। ਸ਼ਾਇਦ ਆਪਸੇ ਕੋਈ ਬਦਤਮੀਜ਼ੀ। ਬਸ ਕੀ ਕਿਆ ਮਜਾਲ ਹੈ ਮਰੀਮ, ਕਿ ਮੇਰੇ ਸਾਥ ਬਦਤਮੀਜ਼ੀ ਕਰੇ ਰਾਹੀ। ਨਹੀਂ ਤਾਏ ਜੀ, ਪਲੀਜ਼ ਪਲੀਜ਼, ਸੁਬਹ ਬਾਤ ਕਰ ਲੀਜੀਏਗਾ ਨਾ। ਪਾਕਿਸਤਾਨ ਸੇ ਆਏ ਥੇ ਤੋ ਸਰ ਛੁਪਾਨੇ ਕੀ ਜਗ੍ਹਾ ਨਹੀਂ ਥੀ ਤੁਹਾਰੇ ਪਾਸ, ਬੇਰੋਜ਼ਗਾਰ ਥੇ ਤੁਮ। ਮੈਨੇ ਤੁਮੇ ਆਪਣੇ ਘਰ ਮੇ ਬਣਾ ਦੀ, ਤੁਹਾਰੀ ਜ਼ਰੂਰਤੋਂ ਕਾ ਖਿਆਲ ਰੱਖਾ, ਨਾਜ਼ ਉਠਾਏ ਤੁਮਾਰੇ। ਔਰ ਯੇ ਸਭ ਕੁਛ ਮੈਨੇ ਸਿਰਫ ਇਸ ਲਈ ਕੀਆ ਕਿ ਮੇਰੇ ਆਪਣੇ ਬੇਟੇ ਮੁਝੇ ਅਕੇਲਾ ਛੋੜ ਗਏ ਥੇ। ਤੁਮੇ ਆਪਣਾ ਬੇਟਾ ਬਣਾ ਲਿਆ, ਮੈਨੇ ਆਪਣੀ ਬੇਟੀਓ ਜੈਸੀ ਭਤੀਜੀ ਕੀ ਸ਼ਾਦੀ ਕੀ ਤੁਹਾਰੇ ਸਾਥ। ਔਰ ਯੇ ਘਰ ਜੋ ਮੇਰੇ ਬੁਢਾਪੇ ਕਾ ਆਖਰੀ ਸਾਹਿਬਾਨ ਥਾ, ਤੁਹਾਰੇ ਨਾਮ ਕਰ ਦਿਆ। ਐਸਾ ਕੌਨ ਸਾ ਅਹਿਸਾਨ ਹੈ ਜੋ ਮੈਨੇ ਤੁਮ ਪਰ ਨਹੀਂ ਕੀਆ, ਬੋਲੋ। ਤੁਹਾਰੀ ਤਕਰੀਰ ਖਤਮ ਹੋ ਗਈ। ਅਗਰ ਤੁਹਾਰੀ ਤਕਰੀਰ ਖਤਮ ਹੋ ਗਈ ਹੋ ਤੋ ਮੁਝੇ ਯੇ ਬਤਾ ਦੋ ਕਿ ਆਖਿਰ ਤੁਮ ਚਾਹਤੇ ਕਿਆ ਹੋਤਾ ਹੈ। ਰਾਹੀਲ, ਤੁਮ ਮੁਝੇ ਤੁਮ ਕਹਿ ਰਹੇ ਹੋ? ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਆਪ ਜਨਾਬ ਨੇ ਤੁਹਾਡਾ ਦਿਮਾਗ ਖਰਾਬ ਕਰ ਦਿਆ ਹੈ। ਅਗਰ ਸ਼ੁਰੂ ਦਿਨ ਸੇ ਹੀ ਤੁਹਾਡੀ ਇੱਜ਼ਤ ਨਾ ਕੀ ਹੋਤੀ ਤੋ ਆਜ ਗਿਲੇ ਸ਼ਿਕਵੇ ਕਰਨੇ ਕੀ ਬਜਾਏ ਇਸ ਘਰ ਕੇ ਕਿਸੀ ਕੋਨੇ ਮੇਂ ਸਬਰ ਔਰ ਸਕੂਨ ਸੇ ਪੜੇ ਸੋ ਰਹੇ ਹੋਤੇ, ਰਾਤ ਕੇ 4 ਵਜੇ ਸ਼ੋਰ ਨਹੀਂ ਮਚਾ ਰਹੇ ਹੋਤੇ। ਰਾਹੀਲ, ਨਿਕਲ ਜਾਓ ਮੇਰੇ ਘਰ ਸੇ। ਮੈਂ ਨਿਕਲ ਜਾਵਾਂ?
For your kind information, Taya, मैं मालिक हूं इस जगह का। ये घर तुम मेरे नाम कर चुके हो। मैं कल ही अदालत में जाके अदालत शदालत का नाम ना लेना मेरे सामने। अगर तुम आराम से नहीं गए ना यहां से तो मैं इसी वक्त तुम्हारी भतीजी को तलाक देकर यहां से बाहर निकाल दूंगा। नहीं नहीं, ऐसा मत करना है। देखो मुझे मुझे नफरत है इस लफ्ज से। तुम जो कहोगे मैं करूंगा। पक्की बात है? Yeah, hello, Tom. How are you? Now is the nesting home. Yeah, by the way, remember I spoke to you about one old uncle of mine? Yeah, just wondering if I could bring him over. Now, if possible. All right, I'll be with you in an hour. Cheers, mate. Bye. देखो दादा, अब प्लान ये है कि तुम्हारी जो भी चीजें यहां हैं तुम इन्हें इकट्ठी करो और बस चलो चलें। लेकिन ज्यादा शोर मत करना, मैं बाहर गाड़ी में तुम्हारा इंतजार करूं। देखो मैं यार मैं और पैसे कहां से भेजूं? मेरी शादी होती है, हो नहीं होती ना हो, आई डोंट केयर। बाबा अगर इस मौके पर भी मेरी मदद नहीं करेंगे तो और मैं तो कहता हूं अच्छा ही हुआ कि उन्होंने फार्म हाउस गिरवी रख दिया है। फिर कुछ हक मेरा भी है यार। तेरे ससुराल वालों ने अब्बा जी की इज्जत नहीं की, खास तौर पर तेरी होने वाली सास ने। अब्बा जी कह रहे थे वो तो इस तरह बात कर रहे थे जैसे कि हम बेटी वाले और वो बेटे वाले। यार अगर तुझकी माँ ने बदतमीजी की है तो उसमें मेरा क्या कसूर है? आखिर का कसूर है? अच्छी लड़की है यार, मेरा ताल्लुक उसके साथ है। झगड़ा किस बात का है? 800 मेहमानों को बुलाया है वलीमे पे। देखो आई डोंट केयर, मुझे शादी करनी है चाहे 8000 मेहमान आए, समझ आइए। 14 को शादी है, मैं 12 को पहुंच जाऊंगा। ओके सब है। संभलो, 5 लाख है। मलिक साहब एक गल पूछनी है। हाँ जी पूछो। तुसी फार्म बेच देता है? नहीं जी, बेचे नहीं है मैं। वो
گروی رکھے. وہ چودھری احمد آئے گا, انہیں بڑے وقت سے مدد کی تھی. آئے پورے 5 لاکھ روپے نے, 1000 بندے کا کھانا. اوہو, تو میری بات کیوں نہیں سمجھتی؟ میں تو کہتا ہوں تو یہ رشتہ ہی ختم کر دے. یعقوب, کیوں جی یہ گلا کر رہے ہیں؟ شادی دے دن طے ہو گئے نے, بیٹھ جاؤ. سارے برادری والے نو خبر کر دیتی ہے. نانا, یہ نہیں ہو سکتا, بڑی بدنامی ہوے گی. بیبی, تم ملک امیر محمد کو بہت امیر آدمی سمجھتی ہو نا. اس نے پتا کیا کیا؟ اپنے پتر کے ویاہ کے لیے فارم ہاؤس گروی رکھ دیا. اب دوسرے پتر کے ویاہ کے لیے وہ نہر والی زمین بیچ دے گا. پھر آخر میں تمہارے جوائی کے لیے تو رہ جائے گا نا وہ, کیا کہتے ہیں, بھینسوں کا مجھوں کا باڑا. پر ماما جی, راہل بھائی تو انگلینڈ میں کام کرتے ہیں, ان کو زمینوں کی کیا ضرورت ہوگی؟ او میرا پتر, ساری زندگی تو اس نے باہر نہیں نہ رہنا, آخر تو واپس آنا ہے نا جب تیئیں خیر سے جوان ہو جائیں گی. یہاں کوئی جاگیر ہوگی تو علاقے میں عزت کے ساتھ رہ سکے گا نا. بس بس, ہو گیا جو ہونا سی. بھی رافیہ راہیل نو پسند کر دیے, ہو جائے گا گزارا. او بیبی, تو تو جانتی ہے ہم لوگ تو ہیں جدی پشتی جاگیردار. جوائی اگر کمزور ہو نا, پیسے والا نہ ہو, اور پچھلے ان کے زمینیں وغیرہ بیچ بیچ کے تھی پتر ویاتے ہوں, تو پھر یہ جو علاقے میں ہماری عزت اور روب ہے نا, یہ بالکل ختم ہو جائے گا. مگر بات تو یہ ہے نا کہ رافیہ باجی راہیل بھائی کو پسند کرتی ہیں. نہ میرا پتر, پسند لے, پسند کی سن لے. مجھے بھی ایک دفعہ ایک مراسی کی تھی پسند آ گئی تھی. پتا ہے میرے باپ نے کیا کہا تھا؟ جا مار کر لے, پر میری برادری سے تیرا کوئی تعلق نہیں ہوگا. اچھا بس, چھڑ دیو پرانیاں گلاں, ملک صاحب نال گل کرنے ہیں کہ رشتہ نہیں ہو سکتا. نا جی نا, میں کوئی زمین بیچی نہیں ہے, گروی رکھی ہے. کمال ہے نا, جس بندے دے دن پتر ہون گھبرو, اس لئے پیسے دوبارہ کٹھے کرنا کو مشکل کام ہے. اس بار میں 16 ایکڑ زمین تے کپاس کاش کی, نالے وہ میری نہری زمینیں بھی تیار نے. فصل اترے گی تو پیسے واپس کر کے چودھری احمد کے زمین لے لیں گے. دیکھو جی, بات یہ ہے کہ عزت کے آگے پیسہ, زمین, دولت, سونا, چاندی کچھ نہیں ہوتا, کچھ نہیں ہوتا. اب میں کوئی اتنا کمزور نہیں کہ میں اپنے بیٹے کے 1000 براتیوں کو کھانا نہ کھلا سکوں. اب اپنی بہو کو میں 80 تولے سونا نہ پہنا سکوں, 3 لاکھ کی بری نہ بنا سکوں. اس کے لیے شادی دھوم دھام سے ہوگی, مذہب جائز نہیں ہے. اسی اپنے بیٹے دی شادی کی سادگی نہ کر سکتے ہیں. ٹھیک ہے, جائز نہیں ہے تو وہ بھی تو ضد کرتے ہیں نا. کہنے دینے کہ 1000 بندہ ولیمے تے آئے گا کھانے واسطے, آئے گا تو ملک امیر محمد کو اتنا کمزور تھی نہیں 1000 بندے کو کھانا نہ کھلا سکے. ملک صاحب, اسی اس طرح نہیں کر سکتے. کیوں کیوں نہیں کر سکتے بھی؟ کر سکتے نہیں, مطلب میری بھی عزت ہے کہ عزت بچانی ہے, اپنے علاقے میں نام ہے گا میرا. زمین گروی رکھ کے کوئی پرواہ نہیں ہے گی.
تم لوگ تیاری کرو, شادی کی زمین ہم چھڑوا لیں گے. نہ میرا میرا کماؤ پتر ہے گا شیر, یو کے میں ملازمت کرتا ہے, وہ بھیجے گا پیسے کما کے. نہیں بھیجے گا تو پھر بھی ٹھیک ہے, میرے میرے کو زمینہ ہیں, میں وہ زمینہ میرے بچے کے کام نہیں آئیں گی تو پھر کس کے کام آئیں گی؟ خدا دے رسول نے ساتھ کے تو حکم دیتا ہے, اے جو کچھ تسی کر رہے ہیں اے دکھاوا ہے, فضول خرچی ہے. اچھا بس کرو جی, کھانا لے کے آؤ, جاؤ. خیال رکھ رہے نا تو. اچھا یہ پولیس والوں کی ضرورت نہیں ہے اس گاؤں میں, اگر انہوں نے رکنا ہے نا تو ان کو کہو کہ باہر رکیں گاؤں سے. یس سر. اچھا طبیعت ٹھیک نہیں ہے میری, کسی کا بھی فون آنا ڈسٹرب نہ کرو. تم لوگوں کے جو بھی مسائل ہیں نا میں بعد میں سنوں گا. بابا آپ نے بلوایا تھا؟ ہاں بیٹے. بیٹے جی میں چاہتا ہوں تم یو کے چلے جاؤ اپنی آنٹی گور کے پاس. لیکن پاپا ابھی تو میرا سیشن ہی کمپلیٹ نہیں ہوا ہے. تو کیا ہوا بیٹا جی, تعلیم شادی کے بعد ختم کر لینا. شادی کس کی؟ میری؟ نہ میری. ہاں آف کورس تیری بیٹا جی. بیٹا جی پوری دنیا میں میرا ایک ریلیٹو رہ گیا, تیری آنٹی گور. میں چاہتا ہوں میرے بچے کے تیری شادی خاندان میں ہی ہو. گور کا ایک بیٹا ہے شہریار, ویری گڈ لکنگ بوائے. یہ دیکھ اس کی تصویریں ہیں, مجھے امید ہے تجھے پسند بھی آئیں گی اور تو وہاں بھی گئی ہے. رافیل ایک بات کہوں؟ ہاں بول. کیا یہ نہیں ہو سکتا کہ ہم بھی شادی کر لیں؟ اوئے اوئے
और पहले मेरे भाई की शादी होगी फिर मेरी होगी। और तुझे इतनी जल्दी क्या है? मैं डरती हूँ ना तू बदल ना जाए। और नहीं बदलता मैं, क्यों फिक्र करती है तू? एक तो जब से तूने ये नई नौकरी की है ना, तू नौकरी ना कर। और नौकरी ना करूं तो फिर क्या करूं? जमींदारी जैसे तेरे बाप दादा करते आए हैं, और वैसे भी वो अच्छा काम है, नौकरी तो छोटे लोग करते हैं। और तुझे क्या पता सरकारी नौकरी क्या होती है? बड़े ऐशो आराम होते हैं, नौकर चाकर आगे पीछे घूमते हैं लोग सारे पागल। अच्छा सुन, वो मैं कल जा रहा हूँ तो फिर परसों ही वापस आऊंगा। थोड़ी देर और रुकना। क्यों? तुझसे बातें करनी है ना, मीठी मीठी। मीठी मीठी? ओए ये मीठी मीठी बातें कौन सी होती हैं? अच्छा है? नहीं करती। चल चल, मीठी मीठी बातें हैं। लेडीज एंड जेंटलमैन, हम सब मदाम गौहर को 127वीं अमीर खातून होने पर मुबारकबाद पेश करते हैं और उम्मीद करते हैं कि जौहर एंड कंपनी के मुनाफे का ग्राफ इनकी रहनुमाई में बुलंद से बुलंदतर होता चला जाएगा। मदाम आपको मुबारक हो। मैम, दुनिया की 127th रिचेस्ट औरत होने पर बहुत खुश हूं। ये सब आप लोगों की मेहनतों की वजह से, मेरे दोनों बेटों की कोशिशों से और मैकिंटोश खानदान की रिवायत का नतीजा है। शुक्रिया। राहिल, प्लीज ताई जी को नर्सिंग होम से वापस ले आए, उन्हें यहाँ रहना चाहिए। मेरे घरेलू मामलात में दखल देने की जरूरत नहीं है तुम्हें। तो फिर मुझे भी इजाजत हो कि अपने घर के मामलात में किसी को दखल ना देने दो। क्या मतलब है तुम्हारा? मैं आपकी बीवी हूँ, मेरी मौजूदगी में आप किसी और औरत को यहां नहीं ला सकते। मोनिका, प्लीज लीव माय होम। मोनिका कहीं नहीं जाएगी, ये घर मेरा है, समझ आई तुम्हें? मैं आपकी बीवी हूं, मैं आपके बच्चे की मां बनने वाली हूं, मेरा इस घर पर और आप पर कानूनी हक है। Really? ठीक है, मैं कल ही तुम्हें कानूनी तरीके से आजाद कर देता हूं, मैं तुम्हें तलाक देता हूं। नहीं, आप अपने सेंसेस में हो। तलाक देता हूं। नहीं, तलाक देता हूं तुम्हें। अब दफा हो जाओ यहां से, तुम्हारी जरूरत नहीं है और नहीं उस बच्चे की जिसकी तुम मां बनने वाली हो। You get me? Get lost!
मालक। बस यही रह गई है कमी।